बिस्मिल्लाहिर्रहमानिर्रहीम। शुरू अल्लाह के नाम से जो बड़ा मेहरबान और नहायत रहम करने वाला है। जिस तरह के मैं पहले भी अपने भाइयों नूं दस्या कि 8 दिन हो गए मैं अपना जाती यूट्यूब चैनल बना लिया अपने बेटे के नाँ ते असद गिलानी टीवी चैनल। पहला मेरा बेली मलिक किसान भाई वो मेरे यूट्यूब दे मालिक, वो बिजी हो गए, मसरूफ हो गए, उन्हां को टाइम नहीं सी ਅਤੇ ਬੇਲੀਆਂ ਨੂੰ ਤਾਂ ਡੇਲੀ ਪਹੁੰਚਾਉਣਾ ਨਾ ਜੀ ਪ੍ਰੋਗਰਾਮ। ਅੱਲਾ ਖੁਸ਼ ਰੱਖੇ ਮੇਰਾ ਨਿਆ ਯੂਟਿਊਬ ਚੈਨਲ ਅਸਦ ਗਿਲਾਨੀ ਟੀ ਵੀ ਚੈਨਲ। ਮੇਰੇ ਬੇਲੀਆਂ ਨੇ ਇਹਨੂੰ ਸਬਸਕ੍ਰਾਈਬ ਕਰਨਾ ਹੈ, ਲਾਈਕ ਕਰਨਾ ਹੈ, ਸ਼ੇਅਰ ਕਰਨਾ ਅਤੇ ਘੰਟੀ ਦਾ ਬਟਨ ਦਬਾਉਣਾ। ਸੱਜਣੋ ਤਾਂ ਬੇਲੀਓ, ਪਿਆਰੇ ਪਾਕਿਸਤਾਨੀਓ ਔਰ ਪੂਰੀ ਦੁਨੀਆ 'ਚ ਮੇਰਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਬੇਲੀਆਂ ਨੂੰ ਅਸਲਾਮੁ ਅਲੈਕਮ। ਬਹੁਤ ਅੱਛਾ ਪ੍ਰੋਗਰਾਮ ਲੈ ਕੇ ਆਇਆ। ਇੱਕ ਕੁੱਤਾ ਬਹੁਤ ਅੱਛਾ ਲੜਦਾ ਸੀ ਪਿਛਲੇ 2 ਸੀਜ਼ਨ ਪਾਕ ਇਤਫਾਕ ਗਰੁੱਪ ਦੀ ਤਰਫੋਂ, ਮਲਿਕ ਅਯਾਜ਼ ਹੁਸੈਨ ਖੋਖਰ ਸਦਰ ਭਾਈਜਾਨ, ਉਹਨਾਂ ਦੇ ਬਹੁਤ ਅੱਛੇ ਵੀਰ ਇੱਜ਼ਤ ਹੈ ਮਾਪ ਜਨਾਬ। ਕੁੱਤੇ ਦਾ ਨਾਂ ਰੌਕ ਸਟਾਰ ਰੌਕੀ 1 ਔਰ ਉਸਦਾ ਅੱਗੇ ਬੱਚਾ ਰੌਕ ਸਟਾਰ ਰੌਕੀ 2। ਪਹਿਲੇ 1 ਦੀ ਗੱਲ ਕਰਾਂਗਾ। ਉਸਦੇ ਮਾਲਿਕ ਡਾਕਟਰ ਮੁਹੰਮਦ ਅਲੀ ਲਖਤੇ ਜਿਗਰ, ਮਰਹੂਮ ਡਾਕਟਰ ਮੁਹੰਮਦ ਅਲਤਾਫ ਰਈਸ ਆਜ਼ਮ ਸਰਗੋਦਾ, ਉਹਨਾਂ ਦਾ ਕੁੱਤਾ ਬਹੁਤ ਅੱਛਾ ਲੜਿਆ ਜੀ 2 ਸੀਜ਼ਨ ਪਾਕ ਇਤਫਾਕ ਗਰੁੱਪ ਦੀ ਤਰਫੋਂ। ਕੁੱਤੇ ਦਾ ਕੱਦ 32 ਇੰਚ, ਬੜੀ ਖੂਬਸੂਰਤ ਬਾਡੀ, ਡਬਲ ਬਾਡੀ ਨਹੀਂ ਬਸ ਸਿੰਗਲ ਬਾਡੀ ਕਹਿ ਸਕਦੇ ਜੀ ਉਹਨੂੰ। 32 ਇੰਚ ਕੱਦ ਤਾਂ ਕੁੱਤੇ ਦਾ ਨਾਂ ਰੌਕ ਸਟਾਰ ਰੌਕੀ। ਜਨਾਬੇ ਅਲੀ ਪਹਿਲਾ ਮੈਚ ਕੰਗਣਪੁਰ ਲੜਿਆ ਸੀ ਬਮੁਕਾਬਲਾ ਪਾਕ ਜਾਪਾਨ ਗਰੁੱਪ, 8ਵੇਂ ਜੋੜ 'ਤੇ ਥੱਲੇ ਦਿੱਤਾ ਸੀ ਅਤੇ ਉੱਤੇ ਕੁੱਤਾ ਲੱਗਾ ਸੀ ਡਾਕਟਰ ਮੁਸ਼ਤਾਕ ਸਾਹਿਬ ਦਾ ਉਕਾੜੇ ਤੋਂ ਕਾਲਾ ਡੱਬਾ। 10 ਮਿੰਟ ਮੁਕਾਬਲਾ ਹੋਇਆ, ਡਾਕਟਰ ਅਲੀ ਸਾਹਿਬ ਦਾ ਕੁੱਤਾ ਜਿੱਤਿਆ ਜੀ ਮੁਕਾਬਲਾ ਕਰਕੇ। 10 ਮਿੰਟਾਂ ਬਾਅਦ ਜਿੱਤ ਗਿਆ ਜੀ ਰੌਕ ਸਟਾਰ ਰੌਕੀ। ਬੇਲੀਓ ਦੂਸਰਾ ਮੈਚ ਬਹੁਤ ਬੜਾ ਮੈਚ, ਮੰਡੀ ਬਹਾਉਦੀਨ ਮੇਲਾ ਮੱਟੂ ਦਾ ਮੁਕਾਬਲਾ ਪੀ ਕੇ ਇਨਸਾਫ ਗਰੁੱਪ, ਜਨਾਬ ਮੂਨ ਭਾਈਜਾਨ ਪਹਿਲੇ ਜੋੜ 'ਤੇ ਦਾ ਮੁਕਾਬਲਾ ਚੌਧਰੀ ਫੈਸਲ ਲੋਧੇ, ਉਹਨਾਂ ਦੇ ਕੁੱਤੇ ਨਾਲ ਜਨਾਬ ਮੁਕਾਬਲਾ ਹੋਇਆ ਸੀ ਰੱਤੇ ਡੱਬੇ ਨਾਲ। ਬਹੁਤ ਚੰਗਾ ਕੁੱਤਾ ਸੀ ਫੈਸਲ ਲੋਧੇ ਦਾ, ਚੌਧਰੀ ਫੈਸਲ ਗੁਜਰ ਲੋਧੇ, ਬਹੁਤ ਉਹਦਾ ਚੰਗਾ ਕੁੱਤਾ ਸੀ। ਉਹਦੇ ਨਾਲ ਲੱਗਿਆ ਜੀ ਪਹਿਲੇ ਜੋੜ 'ਤੇ ਪਾਕ ਇਤਫਾਕ ਗਰੁੱਪ ਦੀ ਤਰਫੋਂ ਡਾਕਟਰ ਮੁਹੰਮਦ ਅਲੀ ਵਾਲਾ ਕੁੱਤਾ ਰੌਕ ਸਟਾਰ ਰੌਕੀ। ਬੇਲੀਓ ਬੜੇ ਮੁਕਾਬਲੇ ਹੋਏ, ਵਾਹ, ਅੱਜ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਪਹਿਲੇ ਜੋੜ 'ਤੇ ਹੀ ਸ਼ੌਕ ਸ਼ਿਕਾਰ ਪੂਰਾ ਹੋ ਗਿਆ ਸੀ, ਦਿਲ ਰਾਜ਼ੀ ਹੋ ਗਿਆ ਸੀ, ਇਹ ਜੋੜ ਹੋਇਆ ਸੀ ਬਰਾਬਰ। ਬੇਲੀਓ ਅਤੇ ਸੱਜਣੋ
ਇਹਦੀ ਬਲੱਡ ਲੈਣ। ਕਿਆ ਬਾਤ ਹੈ ਜੀ, ਲਿਆਕਤ ਮੇ ਮਰਹੂਮ, ਉਹਦਾ ਕੁੱਤਾ ਸ਼ੇਰੂ ਜਿਹਨੇ ਖਾਨ ਸਾਹਿਬ ਵਾਲੇ ਕਾਲੂ ਨਾਲ ਮੁਕਾਬਲਾ ਕੀਤਾ ਸੀ ਜੀ, ਬੇਲੀ ਉਹ ਤਾਂ ਸੱਜਣੋ ਬਸੀਰਪੁਰ ਹਵੇਲੀ ਲੱਕਾ, ਫਿਰ ਉਹਨੇ ਜਾ ਕੇ ਦੂਸਰਾ ਮੁਕਾਬਲਾ ਕੀਤਾ ਸੀ ਪੱਪੂ ਕੁੱਤੇ ਨਾਲ, ਕਿੰਗ ਪੱਪੂ ਜਿਹੜਾ ਕਿੰਗ ਨੌ ਲੱਖੀਏ ਨਾਲ ਲੜਿਆ ਸੀ ਆਲ ਵਰਲਡ ਚੈਂਪੀਅਨ ਨਾਲ। ਲਿਆਕਤ ਮਿਓ ਵਾਲੇ ਸ਼ੇਰੂ ਦਾ ਬੱਚਾ ਸੀ ਲੰਡੀ, ਅਤੇ ਲੰਡੀ ਦਾ ਬੱਚਾ ਸੀ ਰੌਕ ਸਟਾਰ ਰੌਕੀ, ਅਤੇ ਇਹ ਡਾਕਟਰ ਸਾਹਿਬ ਨੇ ਲਿਆ ਕਿੱਥੋਂ ਸੀ, ਡਾਕਟਰ ਮੁਹੰਮਦ ਅਲੀ ਆਫ ਸਰਗੋਧਾ, ਉਹਨਾਂ ਦੇ ਵਾਲਦ ਮੁਹਤਰਮ ਮਰਹੂਮ ਡਾਕਟਰ ਮੁਹੰਮਦ ਅਲਤਾਫ ਆਫ ਸਰਗੋਧਾ, ਅੱਲਾ ਮਰਹੂਮ ਨੂੰ ਜੰਨਤ ਅਲ ਫਰਦੌਸ ਆਲਾ ਮੁਕਾਮ ਅਤਾ ਫਰਮਾਏ ਜੀ। ਡਾਕਟਰ ਮੁਹੰਮਦ ਅਲੀ ਦੇ ਬੇਲੀ ਜੀ ਮੀਆਂ ਨਿਆਜ਼ ਵੱਟੂ, ਕਿਆ ਬਾਤ ਹੈ ਮੀਆਂ ਨਿਆਜ਼ ਵੱਟੂ ਭਾਈ ਜਾਨ, ਅਸਲਾਮੁ ਅਲੈਕਮ। ਇੱਕ ਮਹੀਨੇ ਦਾ ਬੱਚਾ ਇਹਨਾਂ ਨੇ ਗਿਫਟ ਕੀਤਾ ਸੀ ਜੀ ਡਾਕਟਰ ਮੁਹੰਮਦ ਅਲੀ ਸਾਹਿਬ ਨੂੰ, ਮੀਆਂ ਨਿਆਜ਼ ਵੱਟੂ ਸਾਹਿਬ ਨੇ ਉਹਨਾਂ ਨੇ ਸਾਂਭਿਆ ਪਾਲਿਆ। ਅਤੇ ਰੌਕ ਸਟਾਰ ਰੌਕੀ ਦੀ ਮਾਂ ਸਾਈਡ ਬਲੱਡ ਲੈਣ, ਦੋ ਬਲੱਡ, ਜਿਹੜੀ ਮਾਂ ਸੀ ਉਹਦਾ ਮਾਂ ਪਿਓ, ਇੱਕ ਸਾਈਡ ਮੀਆਂ ਅਖਤਰ ਰਾਂਧੂ ਵਾਲੇ ਕੁੱਤੇ ਸੀ, ਦੂਸਰੀ ਸਾਈਡ ਅਬੂ ਸਈਦ ਕੁਰੈਸ਼ੀ ਵਾਲੇ ਕੁੱਤੇ ਸੀ। ਵਾਹ ਵਾਹ ਵਾਹ, ਕੁੱਤੀਆਂ 'ਤੇ ਆ ਕੇ ਗੱਲ ਮੁੱਕਦੀ ਹੈ, ਚੰਗੀਆਂ ਕੁੱਤੀਆਂ 'ਤੇ, ਚੰਗੇ ਖੂਨ ਦੀਆਂ ਕੁੱਤੀਆਂ 'ਤੇ। ਵਾਹ ਮੀਆਂ ਨਿਆਜ਼ ਵੱਟੂ, ਮਿਹਰਬਾਨੀ। ਮਾਂ ਸਾਈਡ ਮੀਆਂ ਅਖਤਰ ਰਾਂਧੂ ਵਾਲੇ ਕੁੱਤੇ ਵੀ ਬਣਦੇ ਆ, ਤਾਂ ਅਬੂ ਸਈਦ ਕੁਰੈਸ਼ੀ ਵਾਲੇ ਵੀ ਬਣਦੇ ਆ। ਅੱਗੇ ਜਨਾਬ ਉਹਨਾਂ ਦਾ ਪੱਠਾ ਆ ਗਿਆ ਜੀ, ਹੁਣ ਰੌਕ ਸਟਾਰ ਰੌਕੀ ਦਾ ਅੱਗੇ ਬੱਚਾ ਜਿਹੜਾ ਹੁਣ ਇਸ ਸੀਜ਼ਨ ਲੜੇਗਾ। ਜਨਾਬੇ ਅਲੀ, ਤੁਸੀਂ ਇਹਦੀ ਵੀਡੀਓ ਦੇਖੋ, ਬਾਕੀ ਗੱਲ ਆ ਕੇ। Rocky. ਸੱਜਣੋ ਤਾਂ ਬੇਲੀਓ, ਡਾਕਟਰ ਮੁਹੰਮਦ ਅਲੀ ਭਾਈ ਦਾ ਕੁੱਤਾ ਰੌਕ ਸਟਾਰ ਰੌਕੀ, ਪਾਕ ਇਤਫਾਕ ਗਰੁੱਪ ਸਦਰ ਮਲਿਕ ਅਯਾਜ਼ ਹੁਸੈਨ ਖੋਖਰ ਸਾਹਿਬ, ਇਹ ਇਸ ਗਰੁੱਪ ਦੀ
ਜਿੰਦ ਜਾਨ ਸੀ ਜਨਾਬ। ਉਹਦਾ ਹੁਣ ਬੱਚਾ ਅੱਗੇ ਰੌਕ ਸਟਾਰ ਰੌਕੀ 2, ਕੱਦ 31 ਇੰਚ, ਉਮਰ ਤਕਰੀਬਨ 2 ਸਾਲ, ਕੱਕਾ ਪੀਲਾ ਆਪਣੇ ਪਿਓ ਵਰਗਾ, ਰੰਗ ਢੰਗ ਆਪਣੇ ਪਿਓ ਵਰਗਾ, ਅਤੇ ਕੁੱਤੇ ਦਾ ਨਾਂ ਰੌਕ ਸਟਾਰ ਰੌਕੀ 2। ਉਹਦੇ ਕੋਲ ਜਨਾਬ 4 ਤੱਪਣੀਆਂ ਬਿਹਤਰੀਨ, ਅਤੇ ਆਉਣ ਵਾਲੇ ਸੀਜ਼ਨ 'ਚ ਲੜੇਗਾ ਤੁੰਨ ਤੁੰਨ ਕੇ ਜੀਓ ਡਾਕਟਰ ਮੁਹੰਮਦ ਅਲੀ ਭਾਈ ਜਾਨ। ਤੁਸੀਂ ਆਪਣੇ ਬਹੁਤ ਅੱਛੇ ਕੁੱਤੇ ਦੀ ਬਲੱਡ ਲੈਨ ਦਾ ਕੁੱਤਾ ਤਿਆਰ ਕਰ ਰਹੇ ਹੋ, ਬਹੁਤ ਉਮਦਾ ਬਲੱਡ ਲੈਨ। ਸੱਜਣੋ ਅਤੇ ਬੇਲੀਓ, ਜਿਹੜੇ ਸਿਆਣੇ ਸ਼ਿਕਾਰੀ ਹੈ ਨਾ, ਬਹੁਤ ਕਾਬਲੇ ਇਤਰਾਮ ਵੀਰ, ਉਹ ਆਪਣੀਆਂ ਚੰਗੀਆਂ ਚੀਜ਼ਾਂ ਜ਼ਾਇਆ ਨਹੀਂ ਕਰਦੇ। ਇਹਦੇ 'ਚ ਹੀ ਕਾਮਯਾਬੀ ਹੈ। ਪਾਕ ਇਤਫਾਕ ਗਰੁੱਪ ਦੀ ਤਰਫੋਂ ਲੜੇਗਾ ਜੀ ਆਉਣ ਵਾਲੇ ਵਕਤ ਦਾ ਚੈਂਪੀਅਨ ਰੌਕ ਸਟਾਰ ਰੌਕੀ 2, ਰੌਕ ਸਟਾਰ ਰੌਕੀ 1 ਦਾ ਬੱਚਾ। ਕਿਆ ਬਾਤ ਹੈ ਜੀ, ਬਹੁਤ ਅੱਛੀ ਕੇਅਰ, ਬਹੁਤ ਅੱਛੀ ਦੇਖਭਾਲ। ਬੇਲੀਓ, ਮੈਂ ਇੱਕ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਕਿ ਇਹਨਾਂ ਨੂੰ ਪਿਆਰ ਕਰੋ, ਖਲਾਉਣ ਪਲਾਉਣ ਦਾ ਰੱਜ ਖੁਰਾਕ ਦਿਓ। ਰੱਖਿਆ ਹੈ ਨਾ, ਬੂਹੇ 'ਤੇ ਬੰਨਿਆ ਹੈ ਨਾ, ਰੱਜਿਆ ਹੀ ਸੋਹਣਾ ਲੱਗਦਾ ਹੈ। ਜੇ ਮਾੜਾ ਹੋਵੇ ਤਾਂ ਹਰ ਬੰਦਾ ਹੀ ਆ ਕੇ ਕਹਿੰਦਾ ਯਾਰ ਥੋੜ੍ਹਾ ਲਿੱਸਾ ਆਇਆ ਪਿਆ, ਅਸੀਂ ਬਹਾਨੇ ਬਣਾਉਂਦੇ, ਯਾਰ ਠੀਕ ਨਹੀਂ ਰਿਹਾ। ਸਾਰੇ ਬੇਲੀਆਂ ਨੂੰ ਕਹਿ ਰਿਹਾ ਕਿ ਪੇਟ ਭਰਨਾ ਚਾਹੀਦਾ ਜਾਨਵਰ ਦਾ ਸ਼ਾਮ ਨੂੰ ਰੱਜ ਕੇ। ਸਵੇਰੇ ਤੁਸੀਂ ਦੁੱਧ ਦਹੀਂ ਮਿਕਸ ਕਰਕੇ ਦੇ ਸਕਦੇ ਹੋ, ਗਲੂਕੋਜ਼ ਪਾ ਕੇ ਦੇ ਸਕਦੇ ਹੋ, ਪਨੀਰ ਦੇ ਸਕਦੇ ਹੋ ਦੁੱਧ ਦਹੀਂ 'ਚ ਮਿਕਸ ਕਰਕੇ, ਬਦਾਮ ਦੇ ਸਕਦੇ ਹੋ, ਆਮਲੇ ਦਾ ਮੁਰੱਬਾ ਦੇ ਸਕਦੇ ਹੋ ਕੁੱਟ ਕੇ, ਇਹ ਸਾਰੀਆਂ ਚੀਜ਼ਾਂ। ਬਹੁਤ ਸਾਰੇ ਦੋਸਤ ਕਹਿੰਦੇ ਕਿ ਦੱਸੋ ਖੁਰਾਕ ਦੇ ਬਾਰੇ 'ਚ, ਭਾਈ ਆਪਣੀ ਹਿੰਮਤ ਦੇ ਨਾਲ ਹੀ ਖੁਰਾਕ ਦੇਣੀ ਹੈ ਨਾ ਜੀ, ਦੁੱਧ ਘਿਓ ਤੋਂ ਉੱਤੇ ਕੋਈ ਚੀਜ਼ ਨਹੀਂ। ਲੇਕਿਨ ਇਹ ਦਰਿੰਦਾ ਹੈ, ਇਹ ਜਾਨਵਰ ਹੈ, ਇਹਦੀ ਪਸੰਦੀਦਾ ਖੁਰਾਕ ਤਾਂ ਹੈਗੀ ਗੋਸ਼ਤ, ਅਤੇ ਬਹੁਤ ਮਹਿੰਗਾਈ ਹੋ ਗਈ ਹੈ। ਲੇਕਿਨ ਬੇਲੀ ਜਿਹਨਾਂ ਨੂੰ ਆਪਣੇ ਦਿਲ ਨਾਲ ਸ਼ੌਕ ਹੈ, ਦਿਲ ਨਾਲ ਉਹ ਹਰ ਚੀਜ਼ ਆਪਣੇ ਜਾਨਵਰ ਦੀ ਪੂਰੀ ਕਰਦੇ ਹੈ। ਕੁੱਤੇ ਦੀ ਫਿਟਨੈਸ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਮੈਂ ਕਹਿਣਾ ਚਾਹ ਰਿਹਾ ਸੀ ਕਿ ਪਿਆਰ ਕਰੋ ਖਿਲਾਉਣ ਪਿਲਾਉਣ ਦਾ, ਤੱਪਣੀਆਂ ਕਰਾਓ ਬੇਦਰਦ ਬਣ ਕੇ ਤਾਂ ਕਿ ਘੌਰਾਂ ਛੱਡ ਦੇਣ, ਮੂੰਹ ਪੱਕੇ ਪਾਉਣ। ਆਈ ਸਮਝ ਮੈਂ ਕੀ ਕਹਿਣਾ ਚਾਹੁੰਦਾ? ਸਾਰੇ ਭਾਈ ਬਹੁਤ ਕਾਬਲੇ ਇਤਰਾਮ, ਮੇਰੇ ਵੀਰ ਲਾਡਲੇ ਸ਼ਿਕਾਰੀ ਭਾਈ, ਸਾਰਿਆਂ ਨੂੰ ਅੱਲਾ ਖੁਸ਼ ਰੱਖੇ। ਈਦ ਆ ਰਹੀ ਹੈ, ਐਡਵਾਂਸ ਈਦ ਮੁਬਾਰਕ ਮੇਰੇ ਭਰਾਵਾਂ ਨੂੰ। ਮੇਰਾ ਅੱਜ ਦਾ ਪ੍ਰੋਗਰਾਮ ਉਮੀਦ ਅੱਛਾ ਲੱਗੇਗਾ। ਅਗਲੇ ਪ੍ਰੋਗਰਾਮ ਆਉਣ ਤੱਕ ਮੇਰੀ ਵੀਡੀਓ ਨੂੰ ਬੇਲੀਓ ਸਬਸਕ੍ਰਾਈਬ ਜ਼ਰੂਰ ਕਰੋ, ਘੰਟੀ ਦਾ ਬਟਨ ਦਬਾਓ, ਮੇਰੀ ਹੌਸਲਾ ਅਫਜ਼ਾਈ ਹੋਏ। ਇਨਸ਼ਾਅੱਲਾ ਰਮਜ਼ਾਨ ਸ਼ਰੀਫ ਦਾ ਕਰਕੇ ਜ਼ਰਾ ਬਾਹਰ ਇੱਧਰ ਉੱਧਰ ਨਹੀਂ ਜਾਇਆ ਜਾਂਦਾ, ਬਹੁਤ ਅੱਛੇ ਪ੍ਰੋਗਰਾਮ ਆਉਣਗੇ ਭਰਾਵਾਂ ਲਈ, ਬਲੱਡ ਲੈਣ ਦੇ ਬਹੁਤ ਓਰਿਜਨਲ 1 ਨੰਬਰ ਪ੍ਰੋਗਰਾਮ ਆਉਣਗੇ। ਅੱਜ ਦਾ ਪ੍ਰੋਗਰਾਮ ਮਲਿਕ ਏਜਾਜ਼ ਭਾਈ ਜਾਨ, ਸਦਰ ਪਾਕ ਇਤਫਾਕ ਗਰੁੱਪ,
ਅੱਜ ਦਾ ਪ੍ਰੋਗਰਾਮ ਉਹਨਾਂ ਦੇ ਨਾਂ, ਉਹਨਾਂ ਦੇ ਗਰੁੱਪ ਦਾ ਕੁੱਤਾ ਰੌਕ ਸਟਾਰ ਰੌਕੀ 2, ਆਉਣ ਵਾਲੇ ਵਕਤ ਦਾ ਚੈਂਪੀਅਨ ਜੀ ਓ ਡਾਕਟਰ ਮੁਹੰਮਦ ਅਲੀ, ਲਖਤੇ ਜਿਗਰ ਡਾਕਟਰ ਮੁਹੰਮਦ ਅਲਤਾਫ ਮਰਹੂਮ, ਰਈਸ ਆਜ਼ਮ ਸਰਗੋਦਾ। ਮਜ਼ਾ ਆਏਗਾ ਜੀ। ਪਾਕਿਸਤਾਨ ਜ਼ਿੰਦਾਬਾਦ। ਮੇਰੇ ਟੀ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ। ਬਹੁਤ ਅੱਛੇ ਅੱਛੇ ਪ੍ਰੋਗਰਾਮ ਲੈ ਕੇ ਆਵਾਂਗਾ। ਖੁਦਾ ਹਾਫਿਜ਼।